are watching Channel Y. Channel Y, a South Asian Canadian channel. ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਮਾਹੌਲ ਤੇ ਬੋਲਦੇ ਹੋਏ ਕਿਹਾ ਕਿ ਪਿਆਰ ਨਾਲ ਇਹ ਮਸਲਾ ਹੱਲ ਹੋਣਾ ਚਾਹੀਦਾ ਹੈ ਤੇ ਜੇਕਰ ਦੁਸ਼ਮਣ ਨਾ ਹਟੇ ਤਾਂ ਉਸਦਾ ਜਵਾਬ ਵੀ ਦੇਣਾ ਚਾਹੀਦਾ ਹੈ। ਧਰਮਸੋਤ ਨੇ ਕਾਕਾ ਰਣਦੀਪ ਸਿੰਘ ਵੱਲੋਂ ਲੋਕ ਸਭਾ ਚੋਣਾਂ ਲਈ ਦਾਅਵੇਦਾਰੀ ਤੇ ਬੋਲਦੇ ਹੋਏ ਕਿਹਾ ਕਿ ਦਾਅਵੇਦਾਰੀ ਸਭ ਦਾ ਮੌਲਿਕ ਅਧਿਕਾਰ ਹੈ। ਧਰਮਸੋਤ ਅੱਜ ਪਟਿਆਲਾ ਵਿਖੇ ਉੱਚ ਅਧਿਕਾਰੀਆਂ ਨਾਲ ਪਟਿਆਲਾ ਦੇ ਵਿਕਾਸ ਕਾਰਜਾਂ ਸੰਬੰਧੀ ਮੀਟਿੰਗ ਕਰਨ ਪਹੁੰਚੇ ਹੋਏ ਸਨ ਤੇ ਮੀਟਿੰਗ ਤੋਂ ਬਾਅਦ ਧਰਮਸੋਤ ਨੇ ਕਿਹਾ ਕਿ ਜ਼ਮੀਨ ਦੀ ਖੁਦਾਈ ਨੂੰ ਲੈ ਕੇ ਪਾਈ ਗਈ ਐਪਲੀਕੇਸ਼ਨ ਤੇ ਉਹਨਾਂ ਵੱਲੋਂ ਪੂਰੀ ਨਿਰੀਖਣ ਕੀਤਾ ਜਾ ਰਿਹਾ ਹੈ ਤੇ ਦੋਸ਼ੀਆਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਦੀ ਮੀਟਿੰਗ ਹੈ ਜਿਹੜੀ ਮੰਥਲੀ ਮੀਟਿੰਗ ਸੀ ਜ਼ਿਲ੍ਹੇ ਦੇ ਕੰਮਾਂਕਾਰਾਂ ਦਾ ਜਿਹੜੀ ਰਿਵਿਊ ਮੀਟਿੰਗ ਸੀ ਉਹ ਕੀਤੀ ਹੈ ਔਰ ਮੈਂ ਸਮਝਦਾ ਕਿ ਮੇਰੀ ਤਸੱਲੀ ਹੋਈ ਹੈ ਕਿ ਜ਼ਿਲ੍ਹੇ ਦੇ ਆਫੀਸਰ ਸਾਹਿਬਾਨ ਸਾਰੇ ਡਿਵੈਲਪਮੈਂਟ ਦੇ ਕੰਮ ਜਿੰਨੇ ਕੰਮਕਾਰ ਨੇ ਸਾਰੇ ਠੀਕ ਤਰੀਕੇ ਨਾਲ ਚਲਾ ਰਹੇ ਨੇ ਔਰ ਮੀਟਿੰਗ ਕਰਕੇ ਪਤਾ ਲੱਗਦਾ ਕਿ ਕਿਹੜਾ ਅਫਸਰ ਢਿੱਲ ਮੱਠ ਕਰ ਰਿਹਾ ਕਿਹੜਾ ਕੰਮ ਕਰ ਰਿਹਾ। ਇਹ ਜ਼ਰੂਰੀ ਹੁੰਦਾ ਕਿ ਮੰਥਲੀ ਮੀਟਿੰਗ ਹੋਵੇ ਔਰ ਨਾਲ ਦੀ ਨਾਲ ਹੀ ਅੱਜ ਗ੍ਰੀਵੈਂਸਿੰਗ ਕਮੇਟੀ ਦੀ ਮੀਟਿੰਗ ਵੀ ਹੈ ਔਰ ਜਿਨ੍ਹਾਂ ਨੂੰ ਕੋਈ ਗਿਲਾ ਸ਼ਿਕਵਾ ਜਾਂ ਕੋਈ ਹੋਰ ਗੱਲ ਆਪਣੀ ਦੱਸਣਗੇ। ਸਰਕਾਰ ਦਾ ਕੰਮ ਆ ਲੋਕਾਂ ਦੇ ਗੱਲਾਂ ਸੁਣਨੀਆਂ ਉਹਨਾਂ 'ਤੇ ਅਮਲ ਕਰਨਾ। ਪੰਜਾਬ ਹਮੇਸ਼ਾ ਸੁਰੱਖਿਅਤ ਰਿਹਾ ਗੁਰੂ ਮਹਾਰਾਜ ਦੀ ਕਿਰਪਾ। ਪੰਜਾਬ ਦੇ ਲੋਕ ਦਲੇਰ ਨੇ ਕਿਸੇ ਗੱਲ 'ਚੋਂ ਡਰਦੇ ਨਹੀਂ। ਇਹ ਤਾਂ ਉਹਨਾਂ ਟਾਈਮਾਂ 'ਚ ਨਹੀਂ ਡਰੇ ਜਦੋਂ ਤੋਂ ਮੁਗਲਾਂ ਦਾ ਰਾਜ ਸੀ। ਅੱਜ ਤਾਂ ਆਜ਼ਾਦ ਹਿੰਦੁਸਤਾਨ ਹੈ ਪੰਜਾਬ ਆਪਣੇ ਪੈਰਾਂ 'ਤੇ ਆ। ਤੁਸੀਂ ਦੇਖਿਆ ਬਾਰਡਰ ਦੇ ਨਾਲ ਲੱਗਦੇ ਜਿੱਥੇ ਜਿੱਥੇ ਪਿੰਡਾਂ 'ਚ ਲੋਕ ਗਏ ਨੇ TV 'ਤੇ ਦੱਸ ਰਹੇ ਨੇ। ਪੰਜਾਬ ਦੇ ਲੋਕ ਤਾਂ ਆਪ ਕਹਿੰਦੇ ਆ ਅਸੀਂ ਆਪ ਫੌਜ ਨਾਲ ਤਕੜੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਲੜਨ ਨੂੰ ਤਿਆਰ ਹਾਂ। ਦੁਸ਼ਮਣ ਦੇਖੋ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰਨਾ ਚਾਹੀਦਾ ਪਾਕਿਸਤਾਨ ਨੂੰ। ਮੈਂ ਕਹਿ ਰਿਹਾ ਵੀ ਉਹਨਾਂ ਨੂੰ ਜਲਦੀ ਜਲਦੀ ਪਾਕਿਸਤਾਨ ਨੂੰ ਰਿਹਾ ਕਰਨਾ ਚਾਹੀਦਾ। ਦੇਖੋ ਗੱਲ ਇਹ ਹੈ, ਇਹ ਹੈਗਾ ਪ੍ਰਾਈਮ ਮਿਨਿਸਟਰ ਲੈਵਲ ਦਾ ਬਿਆਨ। ਇਹ ਪ੍ਰਧਾਨ ਮੰਤਰੀ ਬਿਆਨ ਦੇ ਸਕਦੇ ਨੇ ਔਰ ਜਾਂ ਮੁੱਖ ਮੰਤਰੀ ਦੇ ਸਕਦੇ ਨੇ। ਮੈਂ ਤਾਂ ਇਹੀ ਚਾਹੁੰਦਾ ਕਿ ਜੋ ਪਿਆਰ ਨਾਲ ਗੱਲ ਹੱਲ ਹੋ ਜਾਵੇ ਅਤੇ ਉਹਦੇ ਵਰਗੀ ਰੀਸ ਨਹੀਂ। ਪਰ ਲੇਕਿਨ ਜਦੋਂ ਕੋਈ ਦੁਸ਼ਮਣ ਹਟੇ ਨਾ ਤਾਂ ਉਹਨੂੰ ਤਾਂ ਫਿਰ ਦੰਦ ਤਾਂ ਦਿਖਾਉਣੇ ਪੈਂਦੇ। ਬਿਲਕੁਲ ਕੋਈ ਵੀ ਕਾਂਗਰਸ ਦਾ ਜਿਹੜਾ ਮੈਂਬਰ ਹੈ ਕੋਈ ਵੀ ਟਿਕਟ ਮੰਗ ਸਕਦਾ, ਸਭ ਨੂੰ ਹੱਕ ਹੈ। ਨਹੀਂ ਕੋਈ ਕਾਂਗਰਸ ਦਾ ਵਰਕਰ ਕੋਈ ਆਪੋਜੀਸ਼ਨ ਨਹੀਂ ਕਰਦਾ। ਇਹ ਟਿਕਟ ਮੰਗਣ ਤੋਂ ਪਹਿਲਾਂ ਹੋਰ ਗੱਲਾਂ ਹੁੰਦੀਆਂ, ਜਦੋਂ ਕਿਸੇ ਨੂੰ ਟਿਕਟ ਮਿਲ ਗਿਆ ਸਾਰਿਆਂ ਨੂੰ ਵੋਟਾਂ ਪਾਉਣੀਆਂ। ਹਰਵਿੰਦਰ ਸਿੰਘ ਬਿਲਕੁਲ ਮੈਂ ਚਿੱਠੀ ਕੱਢ ਚੁੱਕਿਆ ਵੀ ਇਹਦਾ ਪਤਾ ਕਰਕੇ ਦਿੱਤਾ ਜਾਵੇ ਉਹ ਕਾਨੂੰਨ ਦੇ ਅੰਡਰ ਨੇ ਜਾਂ ਕਾਨੂੰਨ ਦੀ ਵਾਇਲੇਸ਼ਨ ਹੋ ਰਹੀ ਹੈ, ਉਹਦਾ ਜਵਾਬ ਆਏਗਾ ਫਿਰ ਉਹਦਾ ਅਸੀਂ ਕਾਰਵਾਈ ਕਰਾਂਗੇ। You are watching Channel Y, a South Asian Canadian channel.